ਢੱਠੀ ਹੋਈ ਛੱਤ, ਖਿਲਰਿਆ ਹੋਇਆ ਮਲਬਾ ਤੇ ਇਸ ਮਲਬੇ ਹੇਠਾਂ ਦਬੀ ਔਰਤ ਦੀ ਮੌਤ। ਤਸਵੀਰਾਂ ਇੱਕ ਘਰ ਦੀਆਂ ਨੇ ਜਿੱਥੇ ਮੀਂਹ ਦੇ ਨਾਲ ਅਚਾਨਕ ਛੱਤ ਡਿੱਗ ਗਈ ਤੇ ਘਰ ਦੇ ਵਿੱਚ ਸੁੱਤੀ ਹੋਈ ਬਜ਼ੁਰਗ ਮਹਿਲਾ ਇਸ ਮਲਬੇ ਦੇ ਹੇਠਾਂ ਦੱਬ ਗਈ ਤੇ ਉਸਦੀ ਮੌਤ ਹੋ ਗਈ। ਕਰੀਬ 2 ਘੰਟੇ ਬਾਅਦ ਉਸਦੀ ਲਾਸ਼ ਬਾਹਰ ਕੱਢੀ ਗਈ ਹੈ। ਇਹ ਮਕਾਨ 100 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਰਹਿੰਦੇ ਸਨ। ਜਿਵੇਂ ਹੀ ਪਤੀ ਕਮਰੇ 'ਚ ਉੱਠ ਕੇ ਬਾਥਰੂਮ ਜਾਣ ਲਈ ਨਿਕਲਿਆ ਤਾਂ ਇਸ ਘਰ ਦੀ ਛੱਤ ਹੀ ਹੇਠਾਂ ਡਿੱਗ ਗਈ, ਜਿਸ ਕਰਕੇ ਸੁੱਤੀ ਹੋਈ ਬਜ਼ੁਰਗ ਮਹਿਲਾ ਇਸ ਮਲਬੇ ਦੇ ਹੇਠਾਂ ਆ ਗਈ ਅਤੇ ਉਸਦੀ ਮੌਤ ਹੋ ਗਈ। ਦਰਅਸਲ ਇਸ ਬਜ਼ੁਰਗ ਜੋੜੇ ਦੇ ਬੱਚੇ ਕਿਸੇ ਹੋਰ ਘਰ 'ਚ ਰਹਿੰਦੇ ਨੇ ਤੇ ਇਹ ਉਹਨਾਂ ਦਾ ਪੁਰਾਣਾ ਜੱਦੀ ਘਰ ਸੀ, ਜਿਸ ਵਿੱਚ ਇਹ ਪਤੀ ਪਤਨੀ ਦੋਵੇਂ ਹੀ ਰਹਿ ਰਹੇ ਸਨ। ਇੱਥੇ ਪਤੀ ਦਾ ਤਾਂ ਬਚਾਅ ਹੋ ਗਿਆ ਕਿਉਂਕਿ ਉਹ ਕਮਰੇ 'ਚ ਉੱਠ ਕੇ ਬਾਹਰ ਚਲਾ ਗਿਆ ਸੀ, ਪਰ ਇਸ ਦੌਰਾਨ ਜਦੋਂ ਘਰ ਦੀ ਛੱਤ ਡਿੱਗੀ ਤਾਂ ਮਹਿਲਾ ਇਸ ਘਰ ਦੇ ਵਿੱਚ ਸੁੱਤੀ ਹੋਈ ਸੀ, ਕਮਰੇ 'ਚ ਮੌਜੂਦ ਸੀ ਤੇ ਸੁੱਤੀ ਪਈ ਤੇ ਹੀ ਘਰ ਦੀ ਛੱਤ ਡਿੱਗ ਗਈ, ਜਿਸ ਕਰਕੇ ਉਸਨੂੰ ਭੱਜਣ ਦਾ ਵੀ ਮੌਕਾ ਨਹੀਂ ਮਿਲਿਆ ਅਤੇ ਉਸਦੀ ਉੱਥੇ ਹੀ ਮੌਤ ਹੋ ਗਈ। ਲੋਕਾਂ ਦੇ ਵੱਲੋਂ ਕਰੀਬ 2 ਘੰਟੇ ਲਾ ਕੇ ਉਸਦੀ ਲਾਸ਼ ਨੂੰ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸੋ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪੁਰਾਣੇ ਘਰਾਂ ਦੇ ਵਿੱਚ ਬਰਸਾਤ ਦੇ ਮੌਸਮ 'ਚ ਬਚਾਅ ਰੱਖਣਾ ਚਾਹੀਦਾ ਹੈ, ਅਹਤਿਆਤ ਵਰਤਣਾ ਚਾਹੀਦਾ ਹੈ। ਜੇਕਰ ਛੱਤਾਂ ਜ਼ਿਆਦਾ ਪੁਰਾਣੀਆਂ ਨੇ ਤਾਂ ਉਸ ਕਮਰੇ ਦੇ ਵਿੱਚ ਰੁਕਣ ਤੋਂ, ਠਹਿਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਸੰਗਰੂਰ ਦੇ ਵਿੱਚ ਹੀ ਇੱਕ ਮਕਾਨ ਦੀ ਛੱਤ ਡਿੱਗੀ ਹੈ, ਜਿਸ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ। 70 ਸਾਲਾਂ ਬਜ਼ੁਰਗ ਮਹਿਲਾ ਦੀ ਇੱਥੇ ਛੱਤ ਡਿੱਗਣ ਦੇ ਨਾਲ ਮੌਤ ਹੋ ਗਈ ਹੈ, ਜਦਕਿ ਪਤੀ ਜੋ ਕਿ ਇਸ ਘਰ ਤੋਂ ਬਾਹਰ ਨਿਕਲਿਆ ਸੀ ਬਾਥਰੂਮ ਜਾਣ ਲਈ ਕਮਰੇ 'ਚ ਉੱਠਿਆ ਸੀ ਤਾਂ ਉਸਦਾ ਬਚਾਅ ਹੋ ਗਿਆ, ਜਦਕਿ ਪਤਨੀ ਦੀ ਯਾਨੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੈਂ ਜੀ ਸਵੇਰੇ ਆਪਣੀ ਸ਼ੋਪ 'ਤੇ, ਦੁਕਾਨ 'ਤੇ ਸਾਈਕਲ ਦੀ ਦੁਕਾਨ ਆ ਸਾਡੀ ਰਿਪੇਅਰ ਦੀ, ਅਤੇ ਮੈਂ ਉੱਥੇ ਦੁਕਾਨ 'ਤੇ ਆ, ਮੇਰੇ ਤਾਏ ਦੇ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੀ ਛੱਤਾਂ ਗਿਰ ਗਈਆਂ, ਅਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ। ਮੈਂ ਕਿਹਾ ਮੰਮੀ ਡੈਡੀ ਠੀਕ ਨੇ? ਕਹਿੰਦਾ ਆਪਾਂ ਨੂੰ ਕੁਛ ਨਹੀਂ ਪਤਾ ਲੱਗਿਆ। ਕਹਿੰਦਾ ਮੈਨੂੰ ਵੀ ਫੋਨ ਆਇਆ ਕਰੋ ਇੱਧਰੋਂ, ਅਤੇ ਫਿਰ ਫਟਾਫਟ ਮੈਂ ਦੁਕਾਨ ਵਧਾ ਕੇ ਆਪਦੀ ਘਰ ਆਇਆ। ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ, ਡੈਡੀ ਬਾਥਰੂਮ ਬਾਥਰੂਮ ਗਏ ਸੀ, ਪਿੱਛੋਂ ਛੱਤਾਂ ਡਿੱਗ ਗਈਆਂ ਜੀ। ਕਿੰਨਾ ਪੁਰਾਣਾ ਮਕਾਨ ਸੀ? ਇਹ ਹੈਗਾ ਜੀ 100 ਸਾਲ ਦੇ ਲਵੇ। ਇੱਕ ਜਿਹੜੀ ਛੱਤ ਹੈ ਪਹਿਲਾਂ ਚੌਂਦੀ ਸੀ ਕੀ ਸੀ? ਇਹ ਉੱਪਰ ਕੜੀ ਵਾਲੇ ਵਾਲੀ ਛੱਤਾਂ ਜੀ। ਹਾਂਜੀ ਹਾਂਜੀ, ਕਈ ਜਿਹੜੇ ਉੱਪਰ ਰਹੇ ਸੀ ਉਹ ਬੱਚਤ ਰਹਿ ਗਈ ਜੀ। ਉਹ ਪਰਲੀ ਇਹ 2 ਕਮਰੇ ਪਏ ਨੇ, ਉੱਪਰ 2 ਥੱਲੇ ਆ ਜੀ। ਉਹ ਇੱਧਰਲੇ ਕਮਰੇ 'ਚ ਸੀ ਉਹ ਜਿਹੜੇ ਛੱਤਾਂ ਗਿਰੀਆਂ ਨੇ, ਉਹ ਪਰਲੇ ਉੱਥੇ ਨਹੀਂ ਹੈਗੇ ਸੀ, ਪਰਲੀ ਪਿੱਛੇ ਦੀ ਸਾਈਡ 'ਤੇ। ਮਾਤਾ ਜੀ ਨੂੰ ਕਿਵੇਂ ਕੱਢਿਆ ਗਿਆ? ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ 7-8, ਉਹਨਾਂ ਨੂੰ ਨਾਲ, ਉਹਨਾਂ ਨਾਲ ਸਾਰੇ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਸੀ, ਆਪ ਸਾਰਿਆਂ ਨੇ ਕਢਾਇਆ ਵਿੱਚ। ਮੌਕੇ ਦੀ ਡੈਥ ਹੋ ਗਈ? ਮੌਕੇ ਦੀ ਡੈਥ ਹੋ ਗਈ, 2 ਘੰਟੇ ਹੋ ਗਏ ਜੀ ਵਿੱਚ ਦਬੇ ਨੂੰ। ਇਹ ਜੀ ਸਵੇਰ 5:30 ਵਜੇ ਆਵਾਜ਼ ਆਈ ਸਾਨੂੰ ਜੀ, ਅਸੀਂ ਦੇਖਣ ਚਲੇ ਗਏ ਹਾਂ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ। ਅੰਕਲ ਕਹਿੰਦੇ ਵੀ ਜਿਵੇਂ ਵਾਸ਼ਰੂਮ ਆਏ ਹੋਣਗੇ ਅਤੇ ਅੰਦਰ ਗੇਟ ਬੰਦ ਪਿਆ ਸੀ ਜੀ, ਖੁੱਲ੍ਹ ਨਹੀਂ ਰਿਹਾ ਸੀ ਗੇਟ, ਇਹਨਾਂ ਨੂੰ ਉਠਾ ਕੇ ਲੈ ਕੇ ਗਈ ਜਿਵੇਂ ਗੇਟ, ਅਸੀਂ ਅੰਦਰੋਂ ਖੋਲ੍ਹਿਆ, ਗੇਟ ਖੁੱਲ੍ਹ ਨਹੀਂ ਰਿਹਾ ਸੀ ਜੀ। ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ, ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ, ਫਿਰ ਗੇਟ ਤੋੜਿਆ, ਮੀਂਹ ਅੰਦਰ ਕੁਛ ਦਿਖ ਨਹੀਂ ਰਿਹਾ ਸੀ ਜੀ। ਫਿਰ ਇਹ ਸਾਰਾ ਵੀ ਮਲਬਾ ਚਕਵਾਇਆ, ਫਿਰ ਪਤਾ ਲੱਗਿਆ। ਕਿੰਨਾ ਪੁਰਾਣਾ ਮਕਾਨ ਹੈ? ਇਹ ਤਾਂ ਜੀ ਕਾਫੀ ਪੁਰਾਣਾ, ਦੇਖੀ ਜਾਂਦੇ ਇਹ ਤਾਂ ਜੀ। ਉੱਪਰ ਵੀ ਫੈਮਿਲੀ ਹੈ ਜੀ, ਉੱਪਰ ਵੀ ਸੀ ਆਂਟੀ ਜੀ, ਉੱਪਰੋਂ ਉਹਨਾਂ ਨੂੰ ਬਾਥਰੂਮ ਦੀ ਤੋੜ ਕੇ ਛੱਤ ਇੱਧਰੋਂ ਲੈ ਕੇ ਗਏ ਆ ਜੀ। ਉਹਨਾਂ ਨੂੰ ਅਟੈਕ ਆ ਗਿਆ ਜੀ, ਅਟੈਕ ਮੁੰਡਾ ਸੀ ਉਹਨਾਂ ਦਾ, ਅਤੇ ਇੱਕ ਅੰਦਰ ਅੰਕਲ ਅਤੇ ਆਂਟੀ ਸੀ ਜੀ। ਪਰਿਵਾਰ ਦੇ ਵਿੱਚ ਨੀਚੇ ਹੋ ਕੌਣ ਕੌਣ ਸੋ ਰਿਹਾ ਸੀ ਅੰਦਰ? ਅੰਕਲ ਆਂਟੀ ਸੀ ਜੀ ਬਸ। ਕਿੰਨੀ ਕੁ ਉਮਰ ਸੀ ਉਹਨਾਂ ਦੀ? ਡੈਡੀ ਦੇ ਕੀ 70 ਸਾਲ ਦੀ ਤੇ ਮੰਮੀ ਦੀ? ਹਾਂਜੀ, ਇਹ ਜੀ ਅੰਕਲ ਜੀ ਹੈਗੇ ਸੀ, ਬਜ਼ੁਰਗ ਜੀ ਸੀ ਜੀ।